ਖਾਲੜਾ ਮਿਸ਼ਨ ਨੇ ਗੁਰਾਂ ਦਾ ਪੰਜਾਬ ਜਵਾਬ ਮੰਗਦਾ ਹਿਸਾਬ ਮੰਗਦਾ ਮੁਹਿੰਮ ਜਾਰੀ ਰੱਖਦਿਆਂ ਖੰਡੂਰ ਸਾਹਿਬ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਅਰਦਾਸ ਕਰਦਿਆਂ ਕਿਹਾ ਕਿ ਹੇ ਅਕਾਲ ਪੁਰਖ, ਘੱਟ ਗਿਣਤੀਆਂ ਕਿਸਾਨਾਂ ਗਰੀਬਾਂ ਤੇ ਜ਼ੁਲਮ ਢਾਉਣ ਵਾਲਿਆਂ ਅਤੇ ਝੂਠੇ ਬਿਰਤਾਂਤ ਸਿਰਜ ਕੇ ਪੰਜਾਬ ਤੇ ਜ਼ੁਲਮ ਢਾਉਣ ਵਾਲੀਆਂ ਧਿਰਾਂ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਵਾਸੀਆਂ ਨੂੰ ਬਲ ਅਤੇ ਬੁੱਧੀ ਬਖਸ਼ੋ। ਖਾਲੜਾ ਮਿਸ਼ਨ ਨੇ ਕਿਹਾ ਕਿ ਜੂਨ 1984 ਦੇ ਵਿੱਚ ਪੰਜਾਬ ਦੇ ਗਵਰਨਰ ਰਹੇ BD ਪਾਂਡੇ ਨੇ ਮਨੁਵਾਦੀਆਂ ਉਹਨਾਂ ਦੇ ਦਲਾਲਾਂ ਦਾ ਝੂਠ ਬੇਨਕਾਬ ਕਰਦਿਆਂ ਕਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਚੜ੍ਹਾਈ ਤੋਂ ਪਹਿਲਾਂ ਸਾਰੇ ਹੀ ਧਰਮਾਂ ਦੇ ਲੋਕ ਸਹੀ ਸਲਾਮਤ ਰਹਿ ਰਹੇ ਸੀ ਅਤੇ ਆਪਣੇ ਕਾਰੋਬਾਰ ਕਰ ਰਹੇ ਸੀ। ਝੂਠੇ ਬਿਰਤਾਂਤ ਸਿਰਜ ਕੇ ਸਿੱਖਾਂ ਨੂੰ ਅੱਤਵਾਦੀ ਆਖ ਕੇ ਬਦਨਾਮ ਕੀਤਾ ਗਿਆ। ਆਪਣੇ ਪਾਪੀ ਮਨਸੂਬਿਆਂ ਲਈ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ ਅਤੇ ਟੈਂਕਾਂ ਦੇ ਨਾਲ ਹੱਲਾ ਬੋਲਿਆ ਗਿਆ। ਉਹਨਾਂ ਸ਼੍ਰੀ ਦਰਬਾਰ ਸਾਹਿਬ ਅੰਦਰ ਹੋਈਆਂ ਮੌਤਾਂ ਬਾਰੇ ਵੀ ਸਵਾਲ ਉਠਾਏ। ਖਾਲੜਾ ਮਿਸ਼ਨ ਨੇ ਕਿਹਾ ਕਿ ਝੂਠੇ ਬਿਰਤਾਂਤਾਂ ਰਾਹੀਂ ਪੰਜਾਬ ਦੀ ਧਰਤੀ 'ਤੇ ਝੂਠੇ ਮੁਕਾਬਲਿਆਂ ਦੀ ਹਨੇਰੀ ਝੁਲਾਈ ਗਈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਵੀ ਧਿਰ ਨੇ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਦੀ ਗੱਲ ਨਹੀਂ ਆਖੀ। ਸਾਰੀਆਂ ਰਾਜਨੀਤਿਕ ਧਿਰਾਂ ਝੂਠੇ ਮੁਕਾਬਲਿਆਂ ਦੇ ਹੱਕ ਵਿੱਚ ਹਨ। ਖਾਲੜਾ ਮਿਸ਼ਨ ਵੱਲੋਂ ਇਤਿਹਾਸਕ ਗੁਰਦੁਆਰਿਆਂ ਦਾ ਜਿਹੜਾ ਇੱਕ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਵੀ ਪਰਪੱਕ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਿਧਾਂਤ 'ਤੇ ਖੜ੍ਹ ਕੇ ਅਸੀਂ ਗੱਲ ਕਰਦੇ ਹਾਂ, ਅਤੇ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਹਰ ਥਾਂ ਤੋਂ ਲੈਣਾ ਚਾਹੁੰਦੇ ਹਾਂ, ਅਤੇ ਸੰਗਤ ਤੋਂ ਵੀ ਸਾਨੂੰ ਚਾਹੀਦਾ ਹੈ, ਸਹਿਯੋਗ ਚਾਹੀਦਾ ਹੈ ਕਿ ਐਡਾ ਵੱਡਾ ਜਿਹੜਾ ਅਨਸਰਟਨਟੀ ਪੰਜਾਬ ਦੇ ਵਿੱਚ ਆਈ ਹੋਈ ਆ, ਇਹਨੂੰ ਕਿਵੇਂ ਸੂਤ ਕਰਨਾ, ਇਹਦੇ ਲਈ ਕੀ ਐਫਰਟ ਸਾਨੂੰ ਕਰਨੇ ਚਾਹੀਦੇ ਆ, ਉਹਦੀ ਵਜ੍ਹਾ ਕਰਕੇ ਅੱਜ ਅਸੀਂ ਲਗਭਗ ਹਰ ਮਹੀਨੇ ਦੀ ਪਹਿਲੇ ਹਫ਼ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇੱਕ ਇਤਿਹਾਸਕ ਗੁਰਦੁਆਰੇ ਦੇ ਵਿੱਚ ਜਾ ਕੇ ਅਰਦਾਸ ਸਮਾਗਮ ਕੀਤਾ ਜਾਵੇ। ਇਸੇ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਆਏ। ਨਹੀਂ ਜੀ, ਇਹ ਜਿਹੜਾ ਅੱਜ ਦਾ ਸਾਡਾ ਮਕਸਦ ਹੈ ਉਹ ਇਲੈਕਸ਼ਨ ਵਾਲਾ ਕੋਈ ਮਕਸਦ ਨਹੀਂ ਹੈਗਾ, ਬਟ ਫਿਰ ਵੀ ਜੇ ਕਿਤੇ ਅੜਾਉਣੀ ਪੈਂਦੀ ਆ, ਜੇ ਕਿਤੇ ਸਾਨੂੰ ਲੱਗਦਾ ਹੈ ਕਿ ਇੱਥੇ ਜਿਹੜਾ ਜਵਾਬ ਦੇਣਾ ਇਹਨਾਂ ਨੂੰ ਮਨੁਵਾਦੀਆਂ ਨੂੰ ਜ਼ਰੂਰੀ ਆ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਧਿਰ ਬਣੀਏ। ਪੋਲੀਟੀਕਲ ਪਾਰਟੀ ਅਸੀਂ ਕੋਈ ਜੁਆਇਨ ਕਰਨ ਦਾ ਕਦੇ ਵੀ ਕੋਈ ਇਰਾਦਾ ਨਹੀਂ ਰੱਖਦੇ। ਹਾਂਜੀ ਜੀ, ਇਹ ਕੁਛ ਧਿਰਾਂ ਹੈ, ਕੁਛ ਪਰਿਵਾਰ ਹੈ ਜਿਹੜੇ ਮੈਨੂੰ ਲੱਗਦਾ ਵੀ ਤਾਕਤ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਵੀ 10 ਦਿਨ ਹਜੇ ਹੋਏ ਨਹੀਂ ਗੇ ਇਹਨਾਂ ਨੂੰ, ਕਿਸੇ ਵਜ੍ਹਾ ਕਰਕੇ ਹੀ ਅਸਤੀਫਾ ਇਹਨੂੰ ਦੇਣਾ ਪਿਆ ਹੈ, ਅਤੇ ਜੇ ਇਹ 10 ਦਿਨ ਵੀ ਇਹ ਜਿਹੜਾ ਬਰਦਾਸ਼ਤ ਨਹੀਂ ਹੋ ਰਿਹਾ ਇਹਨਾਂ ਕੋਲੋਂ, ਅਤੇ ਇਹ ਕੋਸ਼ਿਸ਼ ਕਰ ਰਹੇ ਆ ਵੀ ਕੋਈ ਜੋ ਅਸੀਂ ਸੁਣਦੇ ਹਾਂ ਵੀ ਨਵੀਂ ਪਾਰਟੀ ਬਣਾਉਣਗੇ, ਕਿਸੇ ਨਵੀਂ ਪਾਰਟੀ 'ਚ ਜਾਣਗੇ, ਇਹ ਇਹਨਾਂ ਦੀ ਬਲਖਲਾਟ ਹੀ ਹੈ ਮੇਰੇ ਹਿਸਾਬ ਨਾਲ। ਅਤੇ ਫੈਸਲਾ ਤਾਂ ਥੱਲੇ ਸੰਗਤ ਨੇ ਕਰਨਾ, ਫੈਸਲਾ ਤਾਂ ਥੱਲੇ ਲੋਕਾਂ ਨੇ ਕਰਨਾ ਬਈ ਕਿਹੜਾ ਬੰਦਾ ਜਿਹੜਾ ਜਾਂ ਕਿਹੜੀ ਪਾਰਟੀ ਆ ਸਾਡੇ ਲਈ ਫਿੱਟ ਆ। ਪਰ ਹੁਣ ਤੱਕ ਮੈਨੂੰ ਲੱਗਦਾ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਇਹਨਾਂ ਤੋਂ ਲੋਕ ਜਿਹੜਾ ਬੁਰੀ ਤਰ੍ਹਾਂ ਅੱਕ ਚੁੱਕੇ ਆ। ਹੁਣ ਕੋਈ ਨਵਾਂ ਬਦਲ, ਕੋਈ ਨਵੀਂ ਕਿਸਾਨੀ 'ਚੋਂ ਨਿਕਲਿਆ, ਕੋਈ ਸੰਘਰਸ਼ 'ਚੋਂ ਨਿਕਲਿਆ ਨਵਾਂ ਚੀਜ਼, ਅਸੀਂ ਵੀ ਵੇਟ ਕਰਦੇ ਹਾਂ, ਸਾਰੀ ਦੁਨੀਆ ਵੀ ਇਹ ਵੇਟ ਕਰਦੀ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚੋਂ ਜੋ ਵੀ ਨਿਕਲ ਰਿਹਾ ਉਹ ਬਹੁਤ ਸਾਰਥਿਕ ਹੋਵੇ, ਅਤੇ ਉਹਦੇ ਨਾਲ ਜਿਹੜਾ ਸਮਾਜ ਦਾ ਕੁਛ ਜਿਹੜਾ ਸੋਚਿਆ ਜਾ ਸਕੇ, ਘੱਟੋ ਘੱਟ ਕਿਸਾਨੀ ਦਾ ਜ਼ਰੂਰ ਸੋਚਿਆ ਜਾ ਸਕੇ ਜਿਹੜੀ ਧਿਰ ਅੱਗੇ ਆਵੇ। ਕਰੀਬ 7 ਸਾਲ ਹੋ ਗਏ ਆ, 2.5 ਸਾਲ ਜਿਹੜਾ ਆ ਉਹ ਅਕਾਲੀ ਦਲ ਦੇ ਰਾਜ ਕੀਤਾ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਹ ਤੋਂ ਬਾਅਦ ਕਰੀਬ 5 ਸਾਲ ਜਿਹੜੇ ਆ ਉਹ ਕਾਂਗਰਸ ਸਰਕਾਰ ਨੂੰ ਹੋ ਗਏ ਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਜਿਹੜੇ ਦੋਸ਼ੀ ਆ ਉਹ ਹਾਲੇ ਤੱਕ ਸਲਾਖਾਂ ਪਿੱਛੇ ਨਹੀਂ ਗਏ, ਕੀ ਸਮਝਦੇ ਜੇ ਤੁਸੀਂ ਕਿ ਇਹ ਜਿਹੜੀਆਂ ਦੋਵੇਂ ਰਵਾਇਤੀ ਪਾਰਟੀਆਂ ਚਾਹੁੰਦੀਆਂ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਜਿਹੜੇ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਵੇ, ਕੀ ਕਹਿਣਾ ਤੁਹਾਡਾ? ਬਸ ਜੀ ਮਸਲਾ ਇਹੋ ਹੀ ਆ ਅਤੇ ਅੜਾਉਣੀ ਵੀ ਇੱਥੇ ਹੀ ਆ ਵੀ ਇਹ ਦੋਨੇ ਧਿਰਾਂ ਜਿਹੜੀਆਂ ਰਲ ਮਿਲ ਕੇ ਚੱਲਦੀਆਂ, ਜੇ ਉਹਨਾਂ ਨੇ ਬੇਅਦਬੀ ਕਰਾਈ ਹੈ ਸ਼ਰੇਆਮ ਸਾਰੇ ਲੋਕਾਂ ਨੂੰ ਪਤਾ ਹੈ ਕਿ ਇਹ ਅਕਾਲੀ ਸਰਕਾਰ ਦੇ ਵਿੱਚ ਹੋਈ ਹੈ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਹੋਈ ਹੈ, ਅਤੇ 4.5 ਸਾਲ ਲੰਘ ਜਾਣ ਦੇ ਬਾਵਜੂਦ ਜਦੋਂ ਕਿ ਇਹਨਾਂ ਨੇ ਗੁਟਖਾ ਸਾਹਿਬ ਦੀਆਂ ਸਹੁੰਆਂ ਖਾ ਕੇ ਔਰ ਫਿਰ ਮੋਰਚੇ ਦੇ ਵਿੱਚ ਜਾ ਕੇ ਵੀ ਪੂਰਾ ਇਹਨਾਂ ਨੇ ਮੋਰਚੇ ਵਾਲਿਆਂ ਨੂੰ ਤਸੱਲੀ ਦਿੱਤੀ ਕਿ ਅਸੀਂ ਇਹਦਾ ਹੱਲ ਕੱਢਾਂਗੇ, ਪਰ 4.5 ਸਾਲ ਇਹਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਮੇਰੇ ਹਿਸਾਬ ਨਾਲ ਇਹਦਾ ਕੋਈ ਹੱਲ ਹਾਲੇ ਨਿਕਲਣਾ ਵੀ ਨਹੀਂ। ਮੈਂ ਇਹੋ ਹੀ ਕਹਿਣਾ ਚਾਹੁੰਦੀ ਹਾਂ ਵੀ ਸੁਖਬੀਰ ਬਾਦਲ ਕਹਿੰਦਾ ਹੈ ਬਈ ਉਹਦਾ ਕੱਖ ਨਾ ਰਵੇ, ਅਤੇ ਜੇ ਉਹ ਸਮਝੇ ਤਾਂ ਉਹਦਾ ਕੱਖ ਰਿਹਾ ਨਹੀਂ ਆ ਹਾਲੇ, ਜੋ ਪੁਜੀਸ਼ਨ ਉਹਦੀ ਅੱਜ ਚੱਲ ਰਹੀ ਹੈ ਨਾ ਮੈਨੂੰ ਲੱਗਦਾ ਵੀ ਗੁਰੂ ਮਹਾਰਾਜ ਦੀ ਜਿਹੜੀ ਉਹਦੀ ਉਹਨੇ ਅਰਦਾਸ ਕੀਤੀ ਹੈ ਨਾ ਉਹਦੇ ਵੱਲ ਨੂੰ ਉਹ ਵੱਧ ਰਿਹਾ ਹੈ, ਅਤੇ ਇਹ ਜਿਹੜੀਆਂ ਅਰਦਾਸਾਂ ਨੇ ਗੁਰੂ ਸਾਹਿਬ ਵੱਲੋਂ ਅਸੀਂ ਜਦੋਂ ਝੂਠੀਆਂ ਅਰਦਾਸਾਂ ਕਰਦੇ ਹਾਂ ਅਤੇ ਉਹਨਾਂ ਦਾ ਫਲ ਵੀ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਦਿੰਦੇ ਆ ਕਿ ਜੋ ਬੈਕਫੁੱਟ 'ਤੇ ਇਸ ਵੇਲੇ ਅਕਾਲੀ ਪਾਰਟੀ, ਅਤੇ ਸੁਖਬੀਰ ਬਾਦਲ ਸੱਚਾ ਹੋਣ ਲਈ ਇਹ ਗੱਲਾਂ ਕਰਦਾ ਹੈ ਪਰ ਉਹਨੂੰ ਅੰਦਰੋਂ ਪਤਾ ਹੈ ਕਿ ਬੇਅਦਬੀ ਮੇਰੇ ਰਾਜ ਦੇ ਵਿੱਚ ਹੋਈ ਆ ਔਰ ਮੇਰੇ ਥਰੂ ਹੋਈ ਆ ਵੱਡੇ ਬਾਦਲ ਦੇ ਥਰੂ ਹੋਈ ਆ। ਨਹੀਂ ਜੀ ਮੈਨੂੰ ਤਾਂ ਚੋਣ ਲੜਨ ਦਾ ਕੋਈ ਚਾਅ ਵੀ ਨਹੀਂ ਹੈਗਾ ਅਤੇ ਨਾ ਹੀ ਮੇਰਾ ਕੋਈ ਮਕਸਦ ਹੈ ਕਿ ਸਾਡਾ, ਅਸੀਂ ਮਨੁੱਖੀ ਅਧਿਕਾਰਾਂ ਵਾਲੇ ਹਾਂ ਅਸੀਂ ਤਾਂ ਖੜ੍ਹਨਾ ਹੈ ਅੱਗੇ ਸਟੈਂਡ ਕਰਨਾ, ਪਰ ਜੇ ਮੈਨੂੰ ਬਾਈ ਚਾਂਸ ਵੀ ਕਿਸੇ ਵੇਲੇ ਮੌਕਾ ਮੇਲ ਬਣਦਾ ਤਾਂ ਮੇਰੇ ਲਈ ਸਾਰਾ ਪੰਜਾਬ ਇੱਕੋ ਜਿਹਾ ਹੈ। ਅਤੇ ਵੱਡੀ ਗੱਲ ਇਹ ਆ ਕਿ ਹਰ ਬੰਦਾ ਸੋਚਦਾ ਕਿ ਮੇਰਾ ਆਪਣਾ ਘਰ ਜਿਹੜਾ ਉਹ ਉੱਥੋਂ ਮੈਂ ਸਟੈਂਡ ਕਰਾਂ, ਅਤੇ ਮੇਰਾ ਵੈਸੇ ਮੈਂ 100% ਇਹ ਹੈ ਵੀ ਮੇਰਾ ਕੋਈ ਇਲੈਕਸ਼ਨਾਂ ਵਾਲਾ ਮਕਸਦ ਨਹੀਂ ਹੈ, ਅਸੀਂ ਤਾਂ ਇੱਕ ਧਿਰ ਬਣਨਾ ਚਾਹੁੰਦੇ ਹਾਂ ਔਰ ਖੜ੍ਹਨਾ ਚਾਹੁੰਦੇ ਹਾਂ ਸੱਚਾਈ ਵਾਲਿਆਂ ਦੇ ਪਿੱਛੇ, ਜਿਹੜੇ ਲੋਕ ਚੰਗਿਆਈ ਵਾਲੇ ਲੋਕ ਅੱਗੇ ਆਉਣਗੇ ਉਹਨਾਂ ਦੇ ਪਿੱਛੇ ਅਸੀਂ ਖੜਾਂਗੇ। ਮੇਰਾ ਮਕਸਦ ਇਲੈਕਸ਼ਨ ਲੜਨ ਦਾ ਬਾਈ ਵਾਲੀ ਬਹੁਤ ਘੱਟ ਚਾਂਸ ਹੈ, ਜੇ ਕੋਈ ਅਸਲੋਂ ਹੀ ਕੋਈ ਗੁਰੂ ਨੇ ਕਿਹਾ ਵੀ ਲੜਨੀ ਹੈ ਤਾਂ ਫਿਰ ਕਹਿ ਨਹੀਂ ਸਕਦਾ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।